जिहड़ा गुरु ग्रंथ साहब का इतिहासिक सरूप है जिहड़ा कि पूरे वर्ल्ड दे विच सिर्फ चार पांच ही सरूप ने इहो जिहे इन्ने छोटे कि लेंज दे नाल इहनूं पढ़ना पैंदा है। ये इतिहासिक सरूप साडा लभ लो और ये प्रशासन वास्ते कोई औखा काम नहीं हैगा। मैं कहना चाहुंदा कि बहुत लंबे समय की समा नहीं चाहिदा हुंदा इहो जिहे कम्मां नूं जे करना होवे। आपां सारे जाणदे हां कि जदों महाराणी प्रनीत कौर दे खाते दे विचों 23 लाख रुपया ट्रांसफर हो गया सीगा तां उस वक्त दूजे तीजे दिन जाके बंदे जिहड़े सीगे दूजे सूबे दे विचों भी लभ ले सीगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੋਂ ਸਭ ਆਖੋ ਵੀ ਚਾਹੁੰਦੇ ਕਿ ਪਟਿਆਲੇ ਦੇ ਪਿੰਡ ਕਲਿਆਣ ਤੋਂ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਕੁਲ ਹੀ ਛੋਟਾ ਜਿਹਾ ਸਫਰੀ ਸਰੂਪ ਚੋਰੀ ਹੋ ਗਿਆ ਸੀ, ਜਿਸ ਨੂੰ ਲੈ ਕੇ ਲਗਾਤਾਰ ਦਰਬਾਰੇ ਖਾਲਸਾ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਮਾਝੀ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਿਸੇ ਤਰੀਕੇ ਇਹਨਾਂ ਚੋਰਾਂ ਨੂੰ ਬੇਨਕਾਬ ਕੀਤਾ ਜਾਵੇ, ਪਰ ਪ੍ਰਸ਼ਾਸਨ ਅਜੇ ਵੀ ਕੁੰਭਕਰਨੀ ਨੀਂਦ ਹੀ ਸੁੱਤਾ ਹੋਇਆ ਹੈ। ਇੱਕ ਵਾਰ ਮੁੜ ਪਟਿਆਲੇ ਪਹੁੰਚੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਕੀ ਕਿਹਾ, ਮਾਰਦੇ ਇੱਕ ਨਜ਼ਰ। ਇੱਥੇ ਜੀ ਪਿੰਡ ਕਲਿਆਣ ਦੇ ਵਿੱਚ ਜਿਹੜਾ ਕਿ 20 ਜੁਲਾਈ ਨੂੰ ਪਤਾ ਲੱਗਿਆ ਸੀਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਫਰੀ ਸਰੂਪ ਜਿਹੜਾ 100 ਸਾਲ ਪੁਰਾਣਾ ਉਹ ਅਲੋਪ ਹੈ, ਤਾਂ 20 ਜੁਲਾਈ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਕਾਰਵਾਈ ਨਹੀਂ ਕੀਤੀ। ਆਖਰ ਜਦੋਂ ਪਿੰਡ ਵਾਲਿਆਂ ਨੂੰ ਅਤੇ ਪੰਚਾਇਤ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ 29 ਜੁਲਾਈ ਨੂੰ ਜਾ ਕੇ ਉੱਥੇ ਪ੍ਰਸ਼ਾਸਨ ਦੇ ਕੋਲ ਲਿਖਤੀ ਸ਼ਿਕਾਇਤ ਦਿੱਤੀ। ਪਰ ਮੈਂ ਬੜੇ ਅਫਸੋਸ ਨਾਲ ਤੁਹਾਡੇ ਧਿਆਨ 'ਚ ਲਿਆ ਰਿਹਾ ਕਿ 29 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਪ੍ਰਸ਼ਾਸਨ ਦੇ ਕੰਨਾਂ 'ਤੇ ਕੋਈ ਜੂਨ ਨਹੀਂ ਸਰਕੀ, ਨਾ ਉਹਨਾਂ ਨੇ ਕੋਈ ਪੁੱਛ ਪ੍ਰਤੀਤ ਕੀਤੀ। ਇੱਥੇ 2 ਅਗਸਤ ਨੂੰ ਮੈਂ ਇੱਥੇ ਦਰਬਾਰੇ ਖਾਲਸਾ ਵੱਲੋਂ ਅਤੇ ਹੋਰ ਜਥੇਬੰਦੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਸੀਗੀਆਂ, ਤਾਂ 2 ਤਰੀਕ ਨੂੰ ਅਸੀਂ ਇੱਥੇ 6 ਘੰਟੇ ਲਗਾਤਾਰ ਬੈਠੇ ਰਹੇ। ਪ੍ਰਬੰਧਕਾਂ ਨਾਲ ਵੀ ਗੱਲ ਕੀਤੀ, ਇੱਥੋਂ ਦੇ ਗ੍ਰੰਥੀ ਸਿੰਘਾਂ ਨੂੰ ਪੁੱਛਿਆ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬਿਲਕੁਲ ਨੇੜੇ ਸੇਵਾਵਾਂ ਨਿਭਾਉਣ ਵਾਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ, ਤਾਂ ਉਸ ਦਿਨ SHO ਸਾਹਿਬ ਨੇ ਸਾਨੂੰ ਆ ਕੇ ਫਿਰ ਭਰੋਸਾ ਦਿੱਤਾ ਸ਼ਾਮ ਨੂੰ ਲਗਭਗ 4:30-5 ਵਜੇ। ਉਹ ਕਹਿੰਦੇ ਸਾਨੂੰ 3 ਅਤੇ 4 ਦੋ ਦਿਨ ਦੇ ਦਿਓ, ਅਸੀਂ ਜਿਹੜਾ ਕਾਰਵਾਈ ਕਰਾਂਗੇ ਅਤੇ 5 ਤਰੀਕ ਨੂੰ ਤੁਸੀਂ ਸਾਨੂੰ ਆ ਕੇ ਪੁੱਛ ਲਿਓ ਸਟੇਟਸ ਕੀ ਹੈ। ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੋਵਿਡ ਕਰਕੇ ਅਸੀਂ ਪੂਰਾ ਖਿਆਲ ਰੱਖਿਆ ਕਿ ਬਹੁਤ ਲਿਮਿਟਡ ਬੰਦੇ, ਖੁਦ ਮੈਂ ਆਪ ਅਸੀਂ 3 ਜਣੇ ਆਏ ਹਾਂ, ਜੇ ਕੋਈ 10 ਆ ਰਹੇ ਸੀ ਉਹਨਾਂ ਨੂੰ ਕਿਹਾ ਵੀ ਇੱਕੋ ਹੀ ਆਓ, ਤਾਂ ਜੋ ਅਸੀਂ ਮਨੁੱਖਤਾ ਦਾ ਨੁਕਸਾਨ ਵੀ ਨਹੀਂ ਕਰਨਾ ਚਾਹੁੰਦੇ। ਜਿਹੜੀ ਸਿਹਤ ਦਾ ਮਹਿਕਮੇ ਦੀਆਂ ਹਦਾਇਤਾਂ ਨੇ ਉਹਦਾ ਪਾਲਣ ਪੋਸ਼ਣ ਕਰ ਰਹੇ ਹਾਂ। ਤੁਸੀਂ ਵੇਖ ਰਹੇ ਹੋ ਸਾਰਿਆਂ ਦੇ ਮੂੰਹ ਪ੍ਰੋਪਰ ਬੰਨੇ ਹੋਏ ਨੇ ਅਤੇ ਡਿਸਟੈਂਸ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਪ੍ਰਸ਼ਾਸਨ ਨੇ ਅੱਜ SPD ਸਾਹਿਬ, ਤਹਿਸੀਲਦਾਰ ਸਾਹਿਬ ਅਤੇ ਹੋਰ ਉੱਚ ਅਧਿਕਾਰੀ ਸਾਰੇ ਆਏ ਸੀਗੇ, ਤਾਂ ਗੱਲਬਾਤ ਇਹਨਾਂ ਨਾਲ ਇਹੀ ਹੋਈ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਬੇਅਦਬੀਆਂ ਦਾ ਦੌਰ ਚੱਲ ਰਿਹਾ ਪਰ ਬਣਦੀ ਕਾਰਵਾਈ ਦੋਸ਼ੀਆਂ 'ਤੇ ਨਹੀਂ ਹੋ ਰਹੀ, ਅਤੇ ਤੁਸੀਂ ਪਟਿਆਲਾ ਦੀ ਜਿਹੜੀ ਪੁਲਿਸ ਹੈ ਇੱਕ ਐਸੀ ਉਦਾਹਰਨ ਸੈੱਟ ਕਰ ਦਿਓ ਕਿ ਜਿਹੜੇ ਇਹੋ ਜਿਹੇ ਸ਼ਰਾਰਤੀ ਗੁੰਡੇ ਦੁਸ਼ਟ ਨੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆਓ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕਰਾਓ। ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸਿਕ ਸਰੂਪ ਹੈ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਸਿਰਫ 4-5 ਹੀ ਸਰੂਪ ਨੇ ਇਹੋ ਜਿਹੇ ਇੰਨੇ ਛੋਟੇ ਕਿ ਲੈਂਜ ਦੇ ਨਾਲ ਇਹਨੂੰ ਪੜ੍ਹਨਾ ਪੈਂਦਾ, ਇਹ ਇਤਿਹਾਸਿਕ ਸਰੂਪ ਸਾਡਾ ਲੱਭ ਲਓ ਔਰ ਇਹ ਪ੍ਰਸ਼ਾਸਨ ਵਾਸਤੇ ਕੋਈ ਔਖਾ ਕੰਮ ਨਹੀਂ ਹੈਗਾ। ਮੈਂ ਕਹਿਣਾ ਚਾਹੁੰਦਾ ਕਿ ਬਹੁਤ ਲੰਮੇ ਸਮੇਂ ਦੀ ਸਮਾਂ ਨਹੀਂ ਚਾਹੀਦਾ ਹੁੰਦਾ ਇਹੋ ਜਿਹੇ ਕੰਮਾਂ ਨੂੰ ਜੇ ਕਰਨਾ ਹੋਵੇ। ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਮਹਾਰਾਣੀ ਪ੍ਰਨੀਤ ਕੌਰ ਦੇ ਖਾਤੇ ਦੇ ਵਿੱਚੋਂ 23 ਲੱਖ ਰੁਪਈਆ ਟ੍ਰਾਂਸਫਰ ਹੋ ਗਿਆ ਸੀਗਾ ਤਾਂ ਉਸ ਵਕਤ ਦੂਜੇ ਤੀਜੇ ਦਿਨ ਜਾ ਕੇ ਬੰਦੇ ਜਿਹੜੇ ਸੀਗੇ ਦੂਜੇ ਸੂਬੇ ਦੇ ਵਿੱਚੋਂ ਵੀ ਲੱਭ ਲਏ ਸੀਗੇ। ਤਾਂ ਜੇ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰੇ, ਸਰਕਾਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਸਾਡੇ ਨਾਲ ਵਾਅਦਾ ਕਰਕੇ ਕਿ ਅਸੀਂ ਬੇਅਦਬੀ ਬਰਗਾੜੀ ਦੇ ਵਿੱਚ ਹੋਈ ਹੈ ਉਹਨਾਂ ਦੋਸ਼ੀਆਂ 'ਤੇ ਕਾਰਵਾਈ ਕਰਾਂਗੇ, ਤਾਂ ਉਹ ਵਾਅਦਾ ਕਰਕੇ ਪਾਵਰ 'ਚ ਆਏ ਨੇ। ਅੱਜ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਕਲਿਆਣ ਦੇ ਵਿੱਚ ਫਿਰ ਦੂਜੀ ਵਾਰ ਜਿਵੇਂ ਬੁਰਜ ਜਵਾਹਰ ਸਿੰਘ ਵਾਲੇ ਹੋਇਆ ਸੀ ਸਰੂਪ ਚੋਰੀ, ਇਵੇਂ ਅੱਜ ਚੋਰੀ ਹੋ ਚੁੱਕਿਆ। ਤਾਂ ਇਹਦੇ ਉੱਤੇ ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਜੀ। ਬਾਕੀ ਇਹ ਹੁਣ ਅਸੀਂ ਆਖਰ ਗੱਲ ਇਹ ਕੀਤੀ ਹੈ, ਇਹ ਕਹਿੰਦੇ ਵੀ ਅਸੀਂ ਤੁਹਾਨੂੰ, ਮੈਂ ਕਿਹਾ ਤੁਸੀਂ ਸਾਨੂੰ ਟਾਈਮ ਦਿਓ 2-4 ਦਿਨ, ਕਿੰਨਾ ਦਿਨ ਟਾਈਮ ਦਿੰਦੇ ਹੋ ਉਸ 'ਤੇ ਅਸੀਂ ਸੰਗਤ ਨੂੰ ਫਿਰ ਓਪਨਲੀ ਗੱਲ ਹੋਣੀ ਹੈ, ਕੋਈ ਇੱਥੇ ਇਕੱਲਿਆਂ ਵੱਖਰੇ ਕਮਰੇ 'ਚ ਬੈਠ ਕੇ ਗੱਲ ਨਹੀਂ ਹੋਣੀ। ਸੋ
जो भी टाइम देंगे या फिर संगत न सारा सलाह मसला करके जो प्रोग्राम है वो लिखा जाए कितने ना कि ढिल कितने वरती जा रही है थोड़े वालों जब कार्रवाई नहीं हो रही तुम भी कह रहे हो एक महाराणी साहब के पैसे वाले एक दिन से कम हो जाता है गुरु ग्रंथ साहब की इतनी बड़ी बेनती हो जाए ढिल तो जी देखो पहली ढिल तो हैगी गुरुद्वारा प्रबंधक कमेटी की 20 तरीक नूं इन्हां नूं जुलाई नूं पता लग गया तो इन्हां दे कन्न ते जूं नहीं सरकी और अज मैनूं हैरानी होंदी है SPD साहब ये गल कह गए साढ़े इत्थे संगत दे विच वो मैं कह जी हुण तक कार्रवाई क्यों नहीं की तो उन्होंने एक जवाब दिता है कहिंदे कि गुरुद्वारा प्रबंधक कमेटी ने सानू आके ये कहता सीगा कि तुसी बेफिक्र हो जाओ असी जिहड़े आ अपने तौर पर तफ्तीश कर रहे हैं सो ये इत्थों जिहड़ा शक है उस बहुत पासे जांदा गुरुद्वारा प्रबंधक कमेटी और ग्रंथी सिंघां चंगी तरह सारियां पुछ प्रतीत होनी चाहिए है ये प्रशासन की भी बहुत वड्डी ढिल है कि जे कमेटी वाले ने कह भी दिता सीगा पर इन्हां नूं अपने तौर पर जिहड़ी कार्रवाई है वो करनी चाहिए हुण इन्हां तों असीं टाइम ही मंग रहे हैं कि सानूं समां दसो किन्ने टाइम दे विच जिहड़ा तुसीं कार्रवाई है वो कर दोगे तो फिर मुड़ के क्योंकि असीं संगत नूं समुचे रूप सारी गल जिहड़ी दसनी है सो ओपनली सारा जिहड़ा फैसला होना लगदा आस हैगी गुरु ग्रंथ साहिब दा स्वरूप दुबारा विच शब्द हो सकेगा देखो जी ये तो इन्हों करना चाहिए गुरु साहब अगे असी अरदास भी करते हैं और प्रशासन जिहड़ा इहो जिहा ये बहुत जरूरी है समाज लई देखो एक तो धार्मिक भावनावां ने दूजा समाज लई भी बहुत जरूरी है तां जो इहो जिहे गुंडा अंसर किसी नूं कोई भी धर्म ग्रंथ चंगा लगता पढ़ लवे नहीं चंगा लगता ना पढ़े पर पाड़ना जां चोरी करना इस तरह के जिहड़े गुंडा अंसर ने इन्हां नूं ठल पैनी बहुत ज़्यादा जरूरी है तो नाल मैं यह कहना चाहुंदा कि श्रोमणी गुरुद्वारा प्रबंधक कमेटी ने भी बनती भूमिका नहीं निभाई 2 अगस्त को जदों असीं आके इत्थे सारे पासे रौला पाया तुहाडा मीडिया का बहुत धन्यवाद है तुसीं सहयोग दिता सारे पासे गल पहुँची तां इत्थे अगले दिन मजबूर ने गोबिंद सिंह लौंगोवाल नूं इत्थे आउणा पिया ते उह तां आप नाले श्रोमणी कमेटी 267 सरूप जिहड़े ने उहनां दे रिकॉर्ड दे विच है नहीं जिहड़ी जाँच टीम बनाई सी बीबी नविता कौर वह जवाब दे गए तो उन्होंने मतलब ये भी खबर आ रही ने यह जी कि होर सरूप जोड़े ने छपवाई हो रही है इस किस्म दल्लों चल रही ने कि चुप चाप ही रिकॉर्ड पूरा कर दिता जाए सो श्रोमणी गुरुद्वारा प्रबंधक कमेटी तो शक्की हो चुकी है उन्होंने सिखा कोई भरोसा नहीं है तो प्रशासन भी ढिली कारजुगारी है इस करके आप मुहारे संगत को जोड़ा इस तरह रोस जिताने पै रहे हैं शांतमई ढंग जी गुरु प्यारियो ये कोई पहला हादसा नहीं अजिहे बहुत सारे हादसे हो चुके ने पहला भी पर ओहो या तो संगत के सामने आए ही नहीं ते जेकर संगत के सामने आए भी नहीं तो प्रशासन हमेशा गोंगलुआ तो मिट्टी ही झाड़ता रहा है हुण वेखना यह होगा कि इस मसले दे विच पंजाब सरकार की करती है कैप्टन अमरिंदर सिंह की करते ने कि जो स्वरूप चोरी होया है ओह सिख कौम की झोली विच मुड़ जल्द आता है या सानू होर जूझना पैंदा है इन्हां चोरां तक पहुँचने वास्ते तो सब इस मसले पर की सोचते हो अपने विचार नीचे कमेंट्स के जरूर देना वीडियो चंगी लगी हो लाइक तो शेयर भी जरूर करना वाहेगुरू जी का खालसा वाहेगुरू जी की फतेह सिख धर्म की हर गतिविधि गुरबाणी वास्ते हुणे सबसक्राइब करो गुरबाणी अखंड बाणी नोटिफिकेशन वास्ते बैल नूं रिंग करो।